जैन सैलाब और माननीय राष्ट्रपति भारतीय अध्यक्ष जी को सुनने के लिए आए हैं, उनसे अनुरोध करता हूं कि आवे और अपील करें। संसद के लोगों से मेरी निवेदन है, संसद के लोगों से मेरी निवेदन है कि ये आज सरकार हमारे ਇਹ ਤਸਵੀਰਾਂ ਕਿਸੇ ਫਿਲਮ ਦੇ ਸੀਨ ਦੀਆਂ ਨਹੀਂ ਸਗੋਂ ਇੱਕ ਸਿਆਸੀ ਰੈਲੀ ਦੀਆਂ ਨੇ, ਜਿੱਥੇ ਜੰਮ ਕੇ ਇੱਟਾਂ ਰੋੜੇ, ਕੁਰਸੀਆਂ ਚੱਲੀਆਂ, ਪਾਰਟੀ ਦੇ ਸਮਰਥਕ ਟੈਂਟਾਂ ਤੇ ਚੜ੍ਹ ਗਏ, ਜ਼ੋਰਦਾਰ ਹੰਗਾਮਾ ਕੀਤਾ ਗਿਆ। ਹਾਲਾਂਕਿ ਦਿੱਗਜ ਲੀਡਰਾਂ ਦੇ ਵੱਲੋਂ ਹਾਲਾਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭੀੜ ਬੇਕਾਬੂ ਹੋ ਗਈ ਔਰ ਪੁਲਿਸ ਨੇ ਇਹਨਾਂ ਲੋਕਾਂ ਤੇ ਜੰਮ ਕੇ ਡਾਂਗ ਭਰਾਈ। ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਇਸ ਤਰੀਕੇ ਦੇ ਨਾਲ ਪਾਰਟੀ ਦੇ ਸਮਰਥਕ ਬੇਕਾਬੂ ਹੋਏ ਔਰ ਪੁਲਿਸ ਨੇ ਖੁੱਲ੍ਹ ਕੇ ਇਹਨਾਂ 'ਤੇ ਲਾਠੀਚਾਰਜ ਕੀਤਾ। ਅਪੀਲ ਦੇ ਬਾਵਜੂਦ ਇਹ ਭੀੜ ਸ਼ਾਂਤ ਨਾ ਹੋਈ। ਤਸਵੀਰਾਂ ਯੂਪੀ ਦੇ ਆਜ਼ਮਗੜ੍ਹ ਤੋਂ ਸਾਹਮਣੇ ਆਈਆਂ ਨੇ। ਸਮਾਜਵਾਦੀ ਪਾਰਟੀ ਦੇ ਵੱਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੇ ਵਿੱਚ ਜ਼ੋਰਦਾਰ ਹੰਗਾਮਾ ਹੋਇਆ। ਭੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਅੰਨੇਵਾਹ ਲਾਠੀਚਾਰਜ ਕੀਤਾ ਗਿਆ। ਅਖਿਲੇਸ਼ ਯਾਦਵ ਸਾਰਿਆਂ ਨੂੰ ਬੇਨਤੀ ਅਤੇ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਮਾਹੌਲ ਪੂਰੀ ਤਰ੍ਹਾਂ ਵਿਗੜ ਗਿਆ। ਇਸ ਮੌਕੇ ਜੰਮ ਕੇ ਇੱਟਾਂ ਰੋੜੇ, ਕੁਰਸੀਆਂ ਚੱਲੀਆਂ, ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਮੌਕੇ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ। ਅਖਿਲੇਸ਼ ਜਨਸਭਾ ਨੂੰ ਸੰਬੋਧਨ ਕਰਨ ਦੇ ਲਈ ਇੱਥੇ ਪੁੱਜੇ ਸੀ ਤਾਂ ਪੰਡਾਲ ਦੇ ਵਿੱਚ ਹੜਕੰਪ ਮੱਚ ਗਿਆ। ਦੇਸ਼ ਦੀਆਂ ਲੋਕ ਸਭਾ ਚੋਣਾਂ 5 ਚਰਨਾਂ ਦੇ ਵਿੱਚ ਸਮਾਪਤ ਹੋ ਚੁੱਕੀਆਂ ਨੇ। 6ਵੇਂ ਗੇੜ ਦੀ ਵੋਟਿੰਗ 25 ਮਈ ਨੂੰ ਹੈ। ਇਸ ਘਟਨਾਕ੍ਰਮ ਮੌਕੇ ਕਈ ਲੋਕ ਜ਼ਖਮੀ ਹੋਏ ਨੇ, ਹਾਲਾਂਕਿ ਅਧਿਕਾਰਤ ਤੌਰ 'ਤੇ ਉਹਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਲਾਲਗੰਜ ਲੋਕ ਸਭਾ ਸੀਟ ਤੋਂ ਦਰੋਗਾ ਪ੍ਰਸ਼ਾਦ ਚੋਣ ਮੈਦਾਨ ਦੇ ਵਿੱਚ ਨੇ। ਉਹਨਾਂ ਦੇ ਹੱਕ ਦੇ ਵਿੱਚ ਅਖਿਲੇਸ਼ ਯਾਦਵ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਹੋਏ ਸੀ ਜਦੋਂ ਇਹ ਜ਼ੋਰਦਾਰ ਹੰਗਾਮਾ ਹੋਇਆ। ਬੇਕਾਬੂ ਭੀੜ ਨੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ। ਐਤਵਾਰ ਨੂੰ ਫੂਲਪੁਰ ਲੋਕ ਸਭਾ ਸੀਟ 'ਤੇ ਵੀ ਇਸ ਤਰੀਕੇ ਦੇ ਹਾਲਾਤ ਬਣੇ ਸੀ। ਉੱਥੇ ਵੀ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਨੂੰ ਬੇਰੰਗ ਵਾਪਸ ਮੁੜਨਾ ਪਿਆ ਸੀ। ਤਾਂ ਇਹ ਤਸਵੀਰਾਂ ਯੂਪੀ ਦੇ ਆਜ਼ਮਗੜ੍ਹ ਤੋਂ ਸਾਹਮਣੇ ਆਈਆਂ ਨੇ। ਕਿਸ ਤਰੀਕੇ ਦੇ ਨਾਲ ਭੀੜ ਬੇਕਾਬੂ ਹੋ ਗਈ ਔਰ ਪੁਲਿਸ ਦੇ ਵੱਲੋਂ ਇਹਨਾਂ 'ਤੇ ਅੰਨੇਵਾਹ ਲਾਠੀਚਾਰਜ ਕੀਤਾ ਗਿਆ, ਤਾਂ ਜਨਸਭਾ ਦੇ ਵਿੱਚ ਕਿਸ ਤਰੀਕੇ ਨਾਲ ਭੜਥੂ ਪਾਇਆ ਗਿਆ, ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ। ਤਾਂ ਪੁਲਿਸ ਨੇ ਭੀੜ ਨੂੰ ਸ਼ਾਂਤ ਕਰਨ ਦੇ ਲਈ, ਕਾਬੂ ਕਰਨ ਦੇ ਲਈ ਇਹਨਾਂ 'ਤੇ ਲਾਠੀਚਾਰਜ ਵੀ ਕੀਤਾ, ਤਾਂ ਦੂਜੇ ਪਾਸੇ ਕੁਝ ਸਮਰਥਕ ਨੇ ਜਿਹੜੇ ਉਹ ਟੈਂਟਾਂ 'ਤੇ ਚੜ੍ਹੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਅਖਿਲੇਸ਼ ਯਾਦਵ ਉਹਨਾਂ ਨੂੰ ਬੇਨਤੀ ਕਰਕੇ ਮਾਹੌਲ ਸ਼ਾਂਤ ਕਰਨ ਦੀ ਵਾਰ ਵਾਰ ਅਪੀਲ ਵੀ ਕਰਦੇ ਨਜ਼ਰ ਆ ਰਹੇ ਨੇ।